ਅਕਾਲ ਮੂਰਤ। ਸੰਸਾਰ ਦੇ ਸਾਰੇ ਜੀਵ ਜੰਤ ਬਨਸਪਤੀ ਜਾਂ ਹਰੇਕ ਚੀਜ਼ ਸਮੇਂ ਜਾਂ ਕਾਲ ਦੇ ਅਧੀਨ ਹੈ। ਜੋ ਜਨਮ ਲੈਂਦਾ ਹੈ, ਜੋ ਉਪਜਦਾ ਹੈ, ਉਹ ਬਿਨਸਦਾ ਹੈ। ਪ੍ਰਭੂ ਇਸ ਸਭ ਕੁਝ ਦਾ ਕਰਤਾ ਹੈ ਅਤੇ ਖੁਦ ਅਕਾਲ ਅਵਿਨਾਸ਼ੀ ਹੈ। ਗੁਰੂ ਅਰਜਨ ਦੇਵ ਜੀ ਦੀ ਬਾਣੀ ਹੈ, ਖੰਡ ਪਤਾਲ ਦੀਪ ਸਭ ਲੋਆ, ਸਭ ਕਾਲੈ ਵਸ ਆਪ ਪ੍ਰਭ ਕੀਆ, ਨਿਸ਼ਚਲ ਏਕ ਆਪ ਅਵਿਨਾਸੀ, ਸੋ ਨਿਸ਼ਚਲ ਜੋ ਤਿਸੈ ਧਿਆਏਂਦਾ। ਗੁਰੂ ਜੀ ਦੱਸਦੇ ਹਨ ਕਿ ਸੰਸਾਰ ਦੀ ਹਰੇਕ ਵਸਤੂ, ਹਰੇਕ ਜੀਵ ਸਮੇਂ ਸਥਾਨ ਵਿੱਚ ਕੈਦ ਹੈ, ਪਰਿਵਰਤਨ ਅਤੇ ਵਿਨਾਸ਼ ਦੇ ਅਧੀਨ ਹੈ। ਪਰ ਉਹ ਪਰਮਾਤਮਾ ਅਕਾਲ ਹੈ। ਜੋ ਉਸ ਦੀ ਭਗਤੀ ਕਰਦੇ ਹਨ ਉਹ ਵੀ ਉਸ ਵਾਂਗ ਅਮਰ ਅਵਿਨਾਸ਼ੀ ਹੋ ਜਾਂਦੇ ਹਨ। ਮੂਰਤ ਤੋਂ ਭਾਵ ਹੈ ਸਰੂਪ, ਵਜੂਦ, ਹੋਂਦ ਜਾਂ ਹਸਤੀ। ਮੂਰਤ ਤੋਂ ਇਹ ਦ੍ਰਿੜ ਹੁੰਦਾ ਹੈ ਕਿ ਪ੍ਰਭੂ ਸਿਰਫ ਇੱਕ ਸ਼ਕਤੀ ਹੀ ਨਹੀਂ, ਇੱਕ ਹਸਤੀ ਵੀ ਹੈ। ਇਸ ਦੀ ਸੱਚਾਈ ਨੂੰ ਸਮਝਣ ਲਈ ਅਸਮਾਨੀ ਬਿਜਲੀ ਨੂੰ ਸਮਝ ਲੈਣਾ ਕਿ ਉਹ ਇੱਕ ਸ਼ਕਤੀ ਵੀ ਹੈ ਅਤੇ ਹਸਤੀ ਵੀ ਹੈ। ਗੁਰੂ ਅਰਜਨ ਦੇਵ ਜੀ ਦਾ ਕਥਨ ਹੈ, ਅਕਾਲ ਮੂਰਤ ਜਿਸ ਕਦੇ ਨਾ ਹੀ ਖਾਓ। ਸਫਲ ਦਰਸ਼ਨ ਅਕਾਲ ਮੂਰਤ, ਪ੍ਰਭ ਹੈ ਵੀ ਹੋਵਨਹਾਰਾ। ਭਾਵ ਉਹ ਅਕਾਲ ਪੁਰਖ ਕਾਲ ਦੀ ਮਾਰ ਤੋਂ ਪਰੇ ਹੈ। ਉਹ ਅਮਰ ਅਵਿਨਾਸ਼ੀ ਦੇ ਦਰਸ਼ਨ ਧਨ ਹਨ, ਬਹੁਤ ਆਨੰਦਮਈ ਹਨ। ਆਨੰਦੋ ਆਨੰਦ ਘਣਾ, ਮੈਂ ਸੋ ਪ੍ਰਭ ਡੀਠਾ ਰਾਮ, ਚਾਖੜਿਆ ਚਾਖੜਿਆ ਮੈਂ ਹਰ ਰਸ ਮੀਠਾ ਰਾਮ। ਭਾਵ ਸੱਚ ਦਾ ਅਹਿਸਾਸ ਆਨੰਦ ਵਿੱਚ ਲੈ ਜਾਂਦਾ ਹੈ। ਸੱਚ ਨੂੰ ਜੀਵਨ ਵਿੱਚ ਧਾਰ ਲੈਣਾ ਹੀ ਉਸ ਦਾ ਅਸਲੀ ਸਵਾਦ ਹੈ। ਜੀਵਨ ਦੀ ਅਸਲੀ ਖੁਸ਼ੀ ਹੀ ਸੱਚਾ ਜੀਵਨ ਜਿਉਣਾ ਹੈ। ਸਾਧ ਸੰਗਤ ਜੀ, ਸੱਚ ਦਾ ਅਹਿਸਾਸ ਕਰਨ ਲਈ ਗੁਰੂ ਅਰਜਨ ਦੇਵ ਜੀ ਨੇ ਗੁਰੂ ਸਾਹਿਬਾਨ, ਸੰਤਾਂ, ਭਗਤਾਂ ਦੇ ਆਤਮਿਕ ਵਿਚਾਰਾਂ ਨੂੰ ਆਦਿ ਗ੍ਰੰਥ ਵਿੱਚ ਸੰਭਾਲਿਆ। ਫਿਰ ਗੁਰੂ ਗੋਬਿੰਦ ਸਿੰਘ ਜੀ ਨੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਦਰਜ ਕਰਕੇ ਮਨੁੱਖਤਾ ਨੂੰ ਸੱਚ ਦਾ ਅਹਿਸਾਸ ਕਰਨ ਅਤੇ ਸਿਰਫ ਇੱਕ ਉੱਪਰ ਭਰੋਸਾ ਕਰਨ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਦਰਜਾ ਦੇ ਕੇ ਸੰਗਤਾਂ ਨੂੰ ਸੌਂਪ ਦਿੱਤਾ। ਉਹ ਇੱਕ ਸੱਚ ਹੀ ਅਕਾਲ ਮੂਰਤ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।